ਗੁਰਦਾਸਪੁਰ ਦੇ ਬਲਾਕ ਕਾਨੂੰਵਾਲ ਅਧੀਨ ਪੈਂਦੇ ਪਿੰਡ ਪੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਉੱਪਰ ਸਕੂਲ ਵਿੱਚ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਹਨਾਂ ਤੋਂ ਸਿਰ ਕਟਵਾਉਣ ਅਤੇ ਮਾਲਸ਼ਾਂ ਕਰਾਉਣ ਦੇ ਦੋਸ਼ ਲੱਗੇ ਨੇ। ਬੱਚਿਆਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕ ਬਲਬੀਰ ਰਾਏ ਨੇ ਕਈ ਵਾਰ ਬੱਚਿਆਂ ਨਾਲ ਕੁੱਟਮਾਰ ਕੀਤੀ ਪਰ ਫੈਸਲਾ ਹੋ ਜਾਂਦਾ ਰਿਹਾ, ਪਰ ਇਸ ਵਾਰ ਉਸਨੇ ਇੱਕ ਬੱਚੀ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ, ਜਿਸ ਦੀ ਸ਼ਿਕਾਇਤ ਥਾਣੇ ਵਿੱਚ ਵੀ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕਹੀ ਹੈ। ਜਾਣਕਾਰੀ ਦਿੰਦੇ ਹਾਂ, ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਕਹਿਣਾ ਕਿ ਛੋਟੇ ਬੱਚਿਆਂ ਨੂੰ 5ਵੀਂ ਕਲਾਸ ਦੇ ਸਵਾਲ ਕੱਢਣ ਲਈ ਕਹਿੰਦਾ ਹੈ ਅਤੇ ਸਵਾਲ ਨਾ ਆਉਣ 'ਤੇ ਉਹਨਾਂ ਦੀ ਡੰਡਿਆਂ ਨਾਲ ਕੁੱਟਮਾਰ ਕਰਦਾ ਅਤੇ ਡਰਾਵਾ ਦਿੰਦਾ ਜੇਕਰ ਘਰ ਜਾ ਕੇ ਦੱਸਿਆ ਤਾਂ ਹੋਰ ਡੰਡੇ ਵੱਜਣਗੇ। ਪਰਿਵਾਰ ਨੇ ਦੋਸ਼ ਲਗਾਇਆ ਕਿ ਅਸੀਂ ਬੱਚਿਆਂ ਦੇ ਸਰੀਰ ਉੱਪਰ ਕਈ ਵਾਰ ਲਾਸਾਂ ਦੇ ਨਿਸ਼ਾਨ ਦੇਖੇ ਨੇ। ਕਈ ਵਾਰ ਇਸ ਅਧਿਆਪਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਜੋ ਕਰਨਾ ਕਰ ਲਓ। ਸਰ ਜੀ ਕਹਿੰਦੇ ਸੀ ਕਿ ਇਹਨਾਂ 5ਵੀਂ ਵਾਲਿਆਂ ਦੇ ਸਵਾਲ ਕਰੋ, 5ਵੀਂ ਵਾਲਿਆਂ ਨੂੰ ਨਹੀਂ ਆਏ ਫਿਰ 4ਥੀ ਵਾਲਿਆਂ ਕੋ ਕਢਵਾਏ, ਫਿਰ 4ਥੀ ਵਾਲਿਆਂ ਨੂੰ ਨਹੀਂ ਆਏ ਫਿਰ ਡੰਡੇ ਮਾਰੇ ਜੀ। ਫਿਰ ਸਰ ਜੀ ਨੇ ਡੰਡੇ ਮਾਰੇ। ਕਿੱਥੇ ਡੰਡੇ ਮਾਰੇ? ਲੱਤਾਂ 'ਤੇ। ਸਵਾਲ ਪੁੱਛੋ 5ਵੀਂ ਵਾਲਿਆਂ ਦੇ ਅਤੇ ਕਰੋਨਾ ਸਾਡੇ ਕੋਲ ਦੇ ਸਾਨੂੰ ਆਇਆ ਨਹੀਂ ਅਤੇ ਉਹਨਾਂ ਨੇ ਸਾਨੂੰ ਵੀ ਕੁੱਟਤਾ ਅਤੇ ਕਹਿੰਦੇ ਜੇ ਤੁਸੀਂ ਘਰ ਜਾ ਕੇ ਦੱਸਿਆ ਤੁਹਾਨੂੰ ਫੇਰ ਕੁੱਟਣਾ ਸਕੂਲਿਆਂ। ਬਲਵੀਰ ਰਾਏ ਕੀ ਪੜਾਉਂਦਾ ਤੁਹਾਨੂੰ? ਸਵਾਲ ਸਵੂਲ ਕਰਾਉਂਦਾ ਸੀ ਪਰ ਸਵਾਲ ਹੈ 5ਵੀਂ ਵਾਲਿਆਂ ਦਾ ਸੀ। ਜ਼ਿਆਦਾ ਕੁੱਟਿਆ ਸੀਗਾ ਤੁਹਾਨੂੰ? ਹਾਂਜੀ ਬਹੁਤ ਜ਼ਿਆਦਾ ਤੁਰਿਆ ਨਹੀਂ ਜਾਂਦਾ। ਸਵਾਲ ਸਰ ਜੀ ਨੇ ਬਲਵੀਰ ਰਾਏ ਨੇ ਕਿਉਂ ਕੁੱਟਿਆ ਸੀਗਾ? ਸਵਾਲਾਂ ਨੂੰ ਕੀ ਕਹਿੰਦੇ ਸੀ ਤੁਹਾਨੂੰ? ਸਰ ਜੀ ਕਹਿੰਦੇ ਸਵਾਲ ਕਰੋ ਚੁੱਪੀ, ਫਿਰ ਸਰ ਜੀ ਨੂੰ ਕੁੱਟਤਾ ਜੀ ਡੰਡਿਆਂ ਨੂੰ। ਫਿਰ ਕੀ ਘਰ ਜਾ ਕੇ ਦੱਸਿਆ ਜਾਂ ਸਰ ਜੀ ਘਰ ਜਾ ਕੇ ਦੱਸਿਆ ਜੀ? ਹਾਂਜੀ ਸਿਰ ਸਿਰ 'ਤੇ ਲੱਤਾਂ ਕਟੋਲਾ ਜੀ। ਬੱਚੇ 5 ਬੱਚੇ ਸੀ 4 ਸਰ। ਪਹਿਲਾਂ ਕੁੜੀ ਇਹਨਾਂ ਨੇ ਪਿਛਲੇ ਸਾਲ ਕੁੱਟੀ, ਇੰਨੀ ਜਵਾਨ ਕੁੜੀ ਸੀਗੀ। ਹੈਂ ਦੇਖੋ ਅਸੀਂ 10 ਜਨਾਨੀਆਂ ਇੱਥੇ ਆਈਆਂ ਪੇਸ਼ ਹੋਈਆਂ ਸਰ ਦੇ। ਅਸੀਂ ਕਿਹਾ ਸਰ ਅੱਗੇ ਤੋਂ ਤੁਸੀਂ ਕਦੀ ਇਸ ਤਰ੍ਹਾਂ ਬੱਚੇ ਨੂੰ ਮਾਰਨਾ ਨਹੀਂ। ਇਹਨਾਂ ਨੇ ਮੁੜ ਕੇ ਫਿਰ ਕੀ ਕੀਤਾ, ਉਹ ਗੱਲ ਕਹਿੰਦਾ ਨਹੀਂ ਮੈਂ ਮੁੜ ਕੇ ਨਹੀਂ ਮਾਰਦਾ ਇਹ ਬੱਚੇ ਨੂੰ। ਅਸੀਂ ਕਿਹਾ ਤੁਸੀਂ ਉਹਦੀ ਮਾਂ ਨਹੀਂ ਉਰੇ ਹੈਗੀ, ਤੁਸੀਂ ਇੰਨਾ ਉਹਨੂੰ ਮਾਰਿਆ ਬੱਚੀ ਨੂੰ ਕਹਿਣ ਦੀ ਗੱਲ ਨਹੀਂ। ਅਸੀਂ ਗੁੱਸੇ 'ਚ ਬਹੁਤ ਆਈਆਂ, ਇਹੋ ਹੀ ਜਨਾਨੀਆਂ ਸਾਡੇ ਨਾਲ ਸੀਗੀਆਂ ਭੈਣਾਂ, ਅਸੀਂ ਆਈਆਂ ਬਹੁਤ ਗੁੱਸੇ 'ਚ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹ ਗੱਲ ਫਿਰ ਭੁਲਾ ਕੇ ਫਿਰ ਇਹਨਾਂ ਬੱਚਿਆਂ ਨੂੰ ਮਾਰ ਮਾਰ ਕੇ ਨਾ ਡੰਡੇ, ਐਡਾ ਲੰਮਾ ਡੰਡਾ ਰੱਖਿਆ ਐਡਾ ਮੋਟਾ, ਇਹਨਾਂ ਨੇ ਐਡੇ ਮੋਟੇ ਢੇਲੇ ਲੱਤਾਂ ਵਿੱਚ ਪਾ ਦਿੱਤੇ, ਕਿਤੇ ਜ਼ਖਮ ਲੱਤਾਂ ਦੇ ਉੱਤੇ ਹੋ ਗਏ, ਕਿਤੇ ਬੁਰਾ ਹਾਲ ਬੱਚਿਆਂ ਦਾ ਕਰਤਾ, ਬੱਚੇ ਰੋਣ। ਇਹਨਾਂ ਨੇ ਇਹ ਵੀ ਕਹਿ ਦਿੱਤਾ ਤੁਸੀਂ ਘਰ ਜਾ ਕੇ ਗੱਲ ਨਹੀਂ ਕਰਨੀ, ਤੁਹਾਨੂੰ ਮੈਂ ਇੰਝ ਕਰਾਂਗਾ ਇੰਝ ਕਰਾਂਗਾ। ਇਹ ਬੱਚਿਆਂ ਨੇ ਕੀ ਕੀਤਾ, ਇਹਨਾਂ ਨੇ ਘਰ ਅਣਕ ਨਹੀਂ ਦੱਸਿਆ ਅਤੇ ਰੋਈ ਗਈ ਆ ਕੁੜੀ, ਰੋਈ ਗਈ। ਦੂਸਰਿਆਂ ਨੇ ਇੱਕ ਦੂਸਰੇ ਨੂੰ ਦੱਸਿਆ ਮਾਂ ਪਿਓ ਨੂੰ ਵੀ ਇਹਨਾਂ ਨੂੰ ਮਾਰ ਬੜੀ ਪਈ ਸਕੂਲੋਂ। ਅੱਛਾ ਕੀ ਹੋਇਆ ਵੀ ਅਸੀਂ ਆਈਆਂ ਮੁੜ ਕੇ ਸਰ ਨੇ ਸਾਨੂੰ ਦੂਜੇ ਦਿਨ ਲੱਭਾ। ਅਸੀਂ ਕਿਹਾ ਜਿਸ ਤਰ੍ਹਾਂ ਸਾਡੇ ਬੱਚਿਆਂ ਦੇ ਲੱਤਾਂ ਇਹਨਾਂ ਭੰਨੀਆਂ, ਅਸੀਂ ਵੀ ਇਹਦੀਆਂ ਭੰਨ ਕੇ ਆਉਂਦੇ ਲੱਤਾਂ ਸਰ ਦੀਆਂ, ਸਾਨੂੰ ਨਹੀਂ ਮਿਲਿਆ ਸਰ ਅੱਜ ਤੱਕ ਨਹੀਂ ਮਿਲਿਆ। ਅੱਜ ਸਾਨੂੰ ਕਿੰਨੇ ਦਿਨ ਹੋ ਗਏ? 5 ਦਿਨ ਹੋ ਗਏ ਸਾਨੂੰ। ਸਰ ਆ ਬੱਚਿਆਂ ਨੂੰ ਪੁੱਛੋ ਕੀ ਪੜਾਉਂਦਾ। ਮੇਰੇ ਬੱਚੇ ਨੂੰ ਬੜਾ ਮਾਰਿਆ ਸੀ, ਪਿਛਲੇ ਸਾਲ ਵੀ ਇਹਨਾਂ ਨੇ ਮਾਰਿਆ ਸੀ, ਉਦੋਂ ਵੀ ਆਪਾਂ ਇਕੱਠੇ ਹੋ ਕੇ ਆਏ ਪਰ ਪਿਛਲੀ ਵਾਰ ਮੈਡਮ ਨੇ ਚੁੱਪ ਕਰਾਤਾ ਸੀ ਸਾਨੂੰ, ਅਤੇ ਫਿਰ ਫਿਰ ਮਾਰਿਆ ਹੁਣ, ਅਤੇ ਆਪਾਂ ਫਿਰ ਆਪਾਂ ਨਹੀਂ ਆਏ ਜਾਣੀ ਕਿ ਇਹਦਾ ਪਾਪਾ ਆਇਆ ਸੀ। ਉਦੋਂ ਇਹਦੇ ਪਾਪਾ ਨੂੰ ਕਹਿਣ ਦੇ ਸੀ, ਇਹਦੇ ਪਾਪਾ ਕਹਿੰਦਾ ਮੈਂ ਤੇਰੇ 'ਤੇ ਕੇਸ ਕਰਾਂਗਾ, ਅਤੇ ਉਹ ਕਹਿੰਦਾ ਕਰ ਦਿਓ ਮੇਰੇ 'ਤੇ ਤਾਂ ਅੱਗੇ ਇੱਕ ਪਰਚਾ ਹੋਰ ਆ। ਉਹਨਾਂ ਨੇ ਗਾੜੀ ਇੰਨੀ ਗੱਲ ਕਹੀ ਸਰਾਂ ਨੇ, ਅਤੇ ਬੱਚਿਆਂ ਕੋਲੋਂ ਸਿਰ ਵੀ ਘਟਾਉਂਦਾ ਲੱਤਾਂ ਵੀ ਘਟਾਉਂਦਾ ਵਾ, ਅਤੇ ਬੱਚਿਆਂ ਨੂੰ ਨਾਲੇ ਮਾਰਦਾ ਵਾ। 5ਵੀਂ 4ਥੀ ਵਾਲਿਆਂ ਨੂੰ ਕਹਿੰਦਾ ਵੀ 5ਵੀਂ ਵਾਲਿਆਂ ਦੇ ਸਵਾਲ ਕੱਢੋ, 5ਵੀਂ ਵਾਲਿਆਂ ਨੂੰ ਨਹੀਂ ਆਉਂਦੇ ਤਾਂ 4ਥੀ ਵਾਲਿਆਂ ਨੂੰ ਕਿੱਥੋਂ ਆਉਣੇ। ਅੱਗੇ ਉਹਨਾਂ ਨੇ ਜਵਾਬ ਦਿੱਤਾ ਵੀ ਮੇਰੇ 'ਤੇ ਕੇਸ ਉੱਤੋਂ ਹੋਰ ਆ ਪਰਚਾ, ਵੀ ਤੁਸੀਂ ਵੀ ਦੇ ਦਿਓ ਪਰਚਾ, ਤੁਸੀਂ ਜੋ ਕਰਨਾ ਕਰ ਲਓ। ਉਹਨਾਂ ਨੇ ਗਾੜੀ ਆਹ ਜਵਾਬ ਦਿੱਤਾ ਹੀ ਹੈ। ਬਲਵੀਰ ਆਏ ਸੀ ਕੀ ਪੜਾਉਂਦਾ ਇੱਥੇ? ਬੱਚਿਆਂ ਨੂੰ ਪੜਾਉਂਦਾ ਵਾ ਅਤੇ ਦੂਜੀ ਤੀਜੀ ਵਾਲਿਆਂ ਨੂੰ ਪੜਾਉਂਦਾ ਅਤੇ ਬਾਕੀ ਮੈਡਮ ਪੜਾਉਂਦੀ। ਉਹਨੇ ਕੁੱਟਿਆ 4-5 ਬੱਚੇ, 5-6, ਅਤੇ ਉਹ ਦੂਜੇ 2 ਆਏ ਨਹੀਂ ਹੈਗੇ। ਉਹਨਾਂ ਦੀਆਂ ਵੀ ਲੱਤਾਂ 'ਤੇ ਬੜੇ ਐਡੇ ਮੋਟੇ ਡੰਡੇ ਮਾਰੇ ਸੀ, ਅਤੇ ਲੱਤਾਂ 'ਤੇ ਇਹਨਾਂ ਦੇ ਵੀ ਮਾਰੇ ਸੀ, ਅਤੇ ਮੇਰੀ ਕੁੜੀ ਨੇ ਘਰ ਆਣ ਕੇ ਨਹੀਂ ਦੱਸਿਆ, ਅਤੇ ਉਹ ਰੋਣ ਲੱਗ ਗਈ, ਰੋਈ ਜਾਵੇ ਰੋਈ ਜਾਵੇ। ਫਿਰ ਜਸ਼ਨ ਨੇ ਆਣ ਕੇ ਦੱਸਿਆ, ਕਹਿੰਦੀ ਚਾਚੀ ਇਹਨਾਂ ਨੂੰ ਡੰਡੇ ਬੜੇ ਮਾਰੇ, ਕਹਿੰਦੀ ਮੇਰੇ ਵੀ ਮਾਰੇ। ਅਤੇ ਫਿਰ ਕੁੜੀ ਮੇਰੀ ਕਹਿੰਦੀ ਇਹ ਜਸ਼ਨ ਨਾ ਦੱਸ, ਘਰ ਜਾ ਕੇ ਸਰਾਂ ਨੇ ਆਪਾਂ ਨੂੰ ਕੱਲ੍ਹ ਫਿਰ ਮਾਰਨਾ ਵਾ। ਸਾਰਿਆਂ ਨੇ ਡਰਾਵਾ ਦਿੱਤਾ ਵੀ ਜੇ ਘਰ ਜਾ ਕੇ ਦੱਸਿਆ ਤਾਂ ਤੁਹਾਨੂੰ ਸਵੇਰੇ ਫਿਰ ਮਾਰਾਂਗਾ। ਡਰਾਵੇ ਦਿੰਦੇ ਆ ਸਰ ਬੱਚਿਆਂ ਨੂੰ। ਕੀ ਚਾਹੁੰਦੇ ਹੋ ਤੁਸੀਂ? ਹੁਣ ਅਸੀਂ ਚਾਹੁੰਦੇ ਹਾਂ ਵੀ ਸਰਾਂ ਦੀ ਕਾਰਵਾਈ ਹੋਵੇ ਕੋਈ। ਸਾਡੇ ਕੋਲ 13 ਤਰੀਕ ਨੂੰ MLR ਆਈ ਆ, ਐਂਜਲ ਡਾਟਰ ਆਫ ਹਰਦੀਪ ਮਸੀਹ। ਇਹਦਾ ਰਿਜ਼ਲਟ 4 ਸੱਟਾਂ ਤਸਦੀਕ ਹੋਈਆਂ ਸਾਨੂੰ MLR ਦੇ ਮੁਤਾਬਕ, ਸਾਰੀਆਂ ਬਲੰਟ ਆ। ਇਹਦੇ ਅਸੀਂ ਕੋਈ ਬਿਆਨ ਸਟੇਟਮੈਂਟ ਨਹੀਂ ਲਿਖਾਉਣ ਆਇਆ ਸਾਨੂੰ ਅਜੇ। ਅਸੀਂ ਅਪਰੋਚ ਵੀ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਕਿ ਸਟੇਟਮੈਂਟ ਠਹਿਰ ਕੇ ਲਗਾਓ। ਫਿਰ ਵੀ ਅਸੀਂ ਉਹਨਾਂ ਦੇ ਜੋ ਵੀ ਬਣਦੀ ਡਾਕਟਰ ਦੀ ਰਿਪੋਰਟ ਦੇ ਮੁਤਾਬਕ ਅਸੀਂ 323 ਦੀ ਰਿਪੋਰਟ ਦਰਜ ਕਰਤੀ ਹੈ ਅਤੇ ਫਰਦਰ ਅੱਗੇ ਕਾਰਵਾਈ ਉਹਨਾਂ ਦੀ ਸਟੇਟਮੈਂਟ 'ਤੇ ਹੋਏਗੀ।
ਮੈਨੂੰ ਜਿੱਥੋਂ ਤੱਕ ਮੈਨੂੰ ਐਮਐਲਏ ਤੋਂ ਮੈਂ ਆਪਣੇ ਸੋਰਸ ਤੋਂ ਪਤਾ ਕੀਤਾ ਕਿ ਇਹਨਾਂ ਦੀ ਕੋਈ ਮਾਸਟਰ ਨੇ ਬੇਟੀ ਨੂੰ ਕੁੱਟਿਆ। ਮਾਸਟਰ ਦਾ ਨਾਮ ਮੈਨੂੰ ਪਤਾ ਲੱਗਾ ਬਲਬੀਰ ਰਾਏ ਆ। ਉਹਦੇ ਬਾਰੇ ਹਜੇ ਸਟੇਟਮੈਂਟ ਤੋਂ ਸਾਰਾ ਸਾਨੂੰ ਫੁੱਲ ਐਡਰੈਸ ਪਤਾ ਲੱਗੂਗਾ, ਸਾਰੇ ਅੱਗੇ ਦੇ ਹਾਲਾਤ ਪਤਾ ਲੱਗਣਗੇ ਕੀ ਵਜ੍ਹਾ ਕੀ ਹੈ ਸਾਰੇ, ਉਹ ਅੱਗੇ ਫਰਦਰ ਅਸੀਂ ਕਾਰਵਾਈ ਕਰਾਂਗੇ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਏ ਟੀ ਵੀ ਨਿਊਜ਼।